ਸੂਰੇ ਵਾਲੇ ਦੀ ਧਰਤੀ ਦੇ ਅੰਦਰ 22 ਤਰੀਕ ਨੂੰ ਸੂਰੇ ਵਾਲੇ ਦੀ ਧਰਤੀ ਹੈ ਮੁਕਤਸਰ ਜ਼ਿਲ੍ਹਾ 22 ਤਰੀਕ ਨੂੰ ਓਪਨ ਦੇ ਮੈਚ ਚੋਟੀ ਦੇ ਖੰਡੇ ਖੜਕਣਗੇ 22 ਤਰੀਕ ਨੂੰ ਸੂਰੇ ਵਾਲੇ ਦੀ ਧਰਤੀ ਦੇ ਉੱਤੇ ਚੋਟੀ ਦੇ ਖੰਡੇ ਖੜਕਣਗੇ ਹਾਲਾ ਦੇਖ ਲਓ ਇੱਕ ਪਾਸੇ ਗਿੱਦੜਬਾਹ ਤੋਂ ਜਦੋਂ ਮੁਕਤਸਰ ਨੂੰ ਆਈ ਨਾੜਾ ਤੇ ਗਿੱਦੜਬਾਹ ਤੋਂ 8.5 ਕਿਲੋਮੀਟਰ ਨਹੀਂ 7 ਕੁ ਕਿਲੋਮੀਟਰ ਪੈਂਦਾ ਕੋਟ ਭਾਈ ਜ਼ਿਲ੍ਹੇ ਮੁਕਤਸਰ ਦੇ ਦੋ ਵੱਡੇ ਪਿੰਡ ਆ ਇੱਕ ਦੋਦਾ ਤੇ ਦੂਜਾ ਕੋਟ ਭਾਈ ਕੋਟ ਭਾਈ ਵਾਲੇ ਮੋਨੂ ਦੇ ਨਾਲ ਹੱਥ ਜੋੜੀਆਂ ਹੋ ਗਈਆਂ ਸਨ ਆ ਬੁੱਗਾ ਚੱਠਿਆਂ ਵਾਲਾ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਡਾ ਹੋਇਆ ਮੈਂ ਦੋਦੇ ਦੀ ਗੱਲ ਕੀਤੀ ਹੈ ਦੋਦੇ ਦਾ ਕਾਲਾ ਖੜਾ ਆ ਛੂਛਕ ਦੀ ਧਰਤੀ ਦੀ ਗੱਲ ਕਰੀਏ ਫੂਲੇ ਦੇ ਨਾਲ ਮੁਕਾਬਲਾ ਹੋ ਗਿਆ ਫੂਲਾ ਵੀ ਵੱਡੇ ਕਾਢਾ ਹੈ ਔਰ ਅੰਕੋ ਬੁੱਗੇ ਦੇ ਖਾਤੇ ਦੇ ਵਿੱਚ ਹੈ ਚੱਠੇ ਵਾਲੇ ਬੁੱਗੇ ਦੇ ਖਾਤੇ ਮੈਂ ਵੀ ਸੁੱਖੇ ਦੀ ਰੇਡ ਆਓ ਸੁੱਖੇ ਦੀ ਰੇਡ ਕਹਿੰਦੇ ਜਿਉਣ ਵਾਲੇ ਪਿੰਡ ਦਾ ਸੁੱਖਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੀ ਬੇਨਤੀ ਹੈ ਵੀ ਅਗਲੀਆਂ ਟੀਮਾਂ ਕਿਰਪਾ ਕਰਕੇ ਤਿਆਰ ਰਹਿਣ ਅਗਲੀਆਂ ਟੀਮਾਂ ਕਿਰਪਾ ਕਰਕੇ ਤਿਆਰ ਰਹਿਣ ਜਿਹੜਾ ਅਗਲਾ ਮੈਚ ਹੈ ਕਿਉਂਕਿ ਸਰਾਵਾਂ ਵਾਲਾ ਕਹਿੰਦੇ ਸੁਖਬੀਰ ਵੀ ਆਇਆ ਹੋਇਆ ਅੱਜ ਟੀਮ ਕਹਿੰਦੇ ਬਹੁਤ ਭਾਰੀ ਬਣੀ ਹੈ ਆਓ ਸਾਹਮਣੇ ਟੀਮ ਭਾਰੀ ਟੀਮ ਭਾਰੀ ਇੱਧਰ ਕਹਿੰਦੇ ਜਿਉਣ ਵਾਲੀ ਸੁੱਖੇ ਨੇ ਭਾਰੀ ਬਣ ਗਈ ਹੈ ਉਹ ਕਹਿੰਦੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਸੀਪੇ ਨੇ ਕਹਿੰਦੇ ਜਿਉਣ ਵਾਲੀ ਸੁੱਖਾ ਫੜ ਲਿਆ ਆਓ ਦੌਲੀ ਅਲਕੜੇ ਪਿੰਡ ਦਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਫੂਲਾ ਹੈ ਨਾਲ ਕਹਿੰਦੇ ਵੀਰੂ ਹੈ ਤੇ ਨਾਲ ਕਹਿੰਦੇ ਮੁੰਡਾ ਦੋਦੇ ਵਾਲਾ ਕਾਲਾ ਹੈ ਹੁਣ ਚਾਰਾਂ ਦੇ ਵਿੱਚੋਂ ਕਹਿੰਦੇ ਦੌਲੀ ਦੀ ਕਬੱਡੀ ਤੇ ਕੌਣ ਡੱਕ ਪਾਵੇਗਾ ਆਓ ਕਹਿੰਦੇ ਦੋਦੇ ਵਾਲਾ ਕਾਲਾ ਮੇਰੇ ਮਿੱਤਰੋ ਸਾਹਮਣੇ ਕਰਦਾ ਟਰਾਈ ਪਰ ਦੌਲੀ ਕਹਿੰਦੇ ਭੱਜ ਗਿਆ ਦੌਲੀ ਕਹਿੰਦੇ ਭੱਜ ਗਿਆ ਕਿ ਲੈ ਕੇ ਫਸਟ ਏਡ ਜਿੱਤਣੇ ਨੂੰ ਫਿਰਦੇ ਜੋ ਜ਼ਿੰਦਗੀ ਦੀ ਗੇਮ ਨਖਰੋ ਜਿਹੜਾ ਚੁੱਲਾਂ ਵਿੱਚ ਬਹਿ ਕੇ ਪੂਰਾ ਹੋ ਗਿਆ ਕਿੱਡਾ ਕੁ ਹੋਣਾ ਏਮ ਨਖਰੋ ਚੱਕ ਫੀਲਿੰਗਾਂ ਜੋ ਗੰਨਾ ਚੱਕੀ ਫਿਰਦੇ ਉਹ ਮਿੱਤਰਾਂ ਨੇ ਰੱਖੇ ਠਾਰ ਕੇ ਪਰ ਆਪਾਂ ਉਹ ਨਹੀਂ ਜਿਹੜੇ ਪਾਉਂਦੇ ਆ ਸਟੋਰੀਆਂ ਉਹ ਪਬਜੀ ਚ ਬੰਦਾ ਮਾਰ ਕੇ ਆਪਾਂ ਉਹ ਨਹੀਂ ਜਿਹੜੇ ਪਾਉਂਦੇ ਆ ਸਟੋਰੀਆਂ ਉਹ ਪਬਜੀ ਚ ਬੰਦਾ ਮਾਰ ਕੇ ਉਧਰਲੇ ਪਾਸੇ ਮੋਨੂ ਨੇ ਜਫਾ ਲਾ ਦਿੱਤਾ ਕੋਟ ਭਾਈ ਦੀ ਧਰਤੀ ਹੈ ਮੋਨੂ ਨੇ ਜਫਾ ਲਾ ਦਿੱਤਾ ਕਹਿੰਦੇ ਬੱਲੇ ਬੱਲੇ ਕਰਵਾਈ ਜਾਂਦਾ ਹੈ ਮੁਗਾ ਚੱਠਿਆਂ ਵਾਲਾ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਾਦਾ ਹੋਇਆ ਅੱਜ ਪਤਾ ਲੱਗੂ ਲੈ ਵੀ 21-31 ਬਰਾਬਰ ਦੀਆਂ ਭਾਂਤੀਆਂ ਮੁੜਨਗੀਆਂ ਜਾਂ ਨਹੀਂ ਹੁਣ ਸਮੇਂ ਦੀਆਂ ਗੱਲਾਂ ਨੇ ਕਿਉਂਕਿ ਸਮੇਂ ਦੇ ਉੱਤੇ ਆ ਕੇ ਬਹੁਤ ਕੁਝ ਬਦਲ ਜਾਂਦਾ ਹੈ ਬਹੁਤ ਕੁਝ ਕਾਲਾ ਦੋਦੇ ਵਾਲਾ ਦੋਦੇ ਵਾਲਾ ਦੋਦੇ ਵਾਲਾ ਦੋਦੇ ਵਾਲਾ ਪਰ ਬੁੱਗਾ ਚੱਠਿਆਂ ਵਾਲਾ ਲੋਟ ਨਹੀਂ ਆਉਂਦਾ ਲੋਟ ਨਹੀਂ ਆਉਂਦਾ ਉਧਰ ਡਾਕਟਰ ਕੁਲਦੀਪ ਕੋਟ ਸੁਖੀਆ ਲੈ ਵੀ ਗੁਰਸ਼ਰਨ ਤੇਰੇ ਜੱਫੇ ਦਾ ਤੇ ਵੀਰੂ ਦੇ ਜੱਫੇ ਦਾ ਮੁੰਡਾ ਕਹਿੰਦਾ ਆਪਾਂ 100 ਦੇਣਾ ਵੱਡੇ ਮਾਣ ਦੇ ਸਨਮਾਨ ਆਓ ਕਹਿੰਦੇ ਸੁੱਖੇ ਦੀ ਕਬੱਡੀ ਭੈ ਰਹੀ ਹੈ ਜਿਉਣ ਵਾਲਾ ਪਿੰਡ ਕਹਿੰਦੇ ਜੀਵਨ ਦਾ ਪਿੰਡ ਹੈ ਜਿਹਦੀ ਯਾਰੀ ਹੈ ਕਹਿੰਦੇ ਗੁਰਜੀਤ ਹੁਣਿਆਂ ਦੇ ਨਾਲ ਪਰ ਇੱਧਰ ਕਹਿੰਦੇ ਰੇਡ ਤੇ ਨੰਬਰ ਆਓ ਸਾਹਮਣੇ ਸੀਪਾ ਥੰਬੇ ਵਾਲੇ ਪਿੰਡ ਦਾ ਕਹਿੰਦੇ ਟਰਾਈ ਕਰਨਾ ਔਰ ਨੰਬਰ ਜਿਹੜਾ ਰੇਡਰ ਦੇ ਉਸੇ ਜੁੜਦਾ ਹੋਇਆ 21 ਤਰੀਕ ਨੂੰ ਕਹਿੰਦੇ ਮਿਰਜੇ ਗਿਆ ਤੇ 22 ਤਰੀਕ ਨੂੰ ਕਹਿੰਦੇ ਸੂਰੇ ਵਾਲਾ ਪਿੰਡ ਦੇ ਵਿੱਚ ਰੌਣਕਾਂ ਲੱਗਣਗੀਆਂ ਉਹ ਵੀਰ ਸੁਨੇਹੇ ਲੈ ਕੇ ਆਏ ਆ ਆਓ ਦੌਲੀ ਕਹਿੰਦੇ ਅਲਕੜੇ ਵਾਲਾ ਰੇਡ ਪਾ ਰਿਹਾ ਜਾਫੀ 4 ਨੇ ਕਿ ਮੈਗੀਆਂ ਦਾ ਕਦੋਂ ਭਲਵਾਨ ਰੱਜਦੇ ਮਿੱਤਰੋ ਜਹਾਜ਼ਾਂ ਨੂੰ ਨਹੀਂ ਰੋਣੇ ਵੱਜਦੇ ਕਦੇ ਨਾ ਪੜਾਕੂ ਮੂਹਰੇ 8 ਡਿਗਰੀ ਤੇ ਚੋਰਾਂ ਮੂਹਰੇ ਅੜਦੇ ਨਹੀਂ ਜਿੰਦੇ ਸੋਹਣਿਆ ਬਾਵਾ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੇ ਉਹ ਦਿੰਦੇ ਸੋਹਣਿਆ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਅਵੇ ਨਿੱਕਾ ਨਾਵਾ ਬਰਨਾਲੇ ਜ਼ਿਲ੍ਹੇ ਦੇ ਪਦਰੇ ਦੀ ਧਰਤੀ ਆ ਜਿਹੜੇ ਪਿੰਡ ਦੇ ਸ਼ੀਪੇ ਵਰਗੇ ਉਹ ਜਿੱਥੋਂ ਦੇ ਸਤਿਗੁਰ ਦੀਆਂ ਗੱਲਾਂ ਹੋਈਆਂ ਪਰ ਨਿੱਕਾ ਪਦਰੇ ਵਾਲ ਅੰਕ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਭੱਜਦਾ ਹੋਇਆ ਉਧਰਲੇ ਪਾਸੇ ਪੰਜਾਬ ਦੀ ਧਰਤੀ ਦੀ ਇਸ ਕਬੱਡੀ ਦੀ ਗੱਲ ਦੁਨੀਆਂ ਦੇ ਵਿੱਚ ਪੰਜਾਬ ਲਾਈਵ ਨੰਬਰ 1 ਤੇ ਪਿਓਰ ਪੰਜਾਬੀ ਵੈਬਸਾਈਟ ਦੇ ਜ਼ਰੀਏ ਪੁੱਜੀ ਜਾਂਦੀ ਹੈ ਸੋ ਧੰਨਵਾਦ ਹੈ ਐਨ ਬੁੱਗਾ ਚੱਠਿਆਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਇਧਰਲੇ ਪਾਸੇ ਦੋਦੇ ਵਾਲਾ ਸੋਨੂੰ ਅਰੋੜਾ ਵੀ ਘੱਟ ਘੱਟ ਪਾਊ ਪੇਜਾਂ ਤੇ ਕਿ ਦੋਦੇ ਵਾਲੇ ਕਾਲੇ ਨੇ ਕੀ ਕੁਝ ਕਰ ਦਿੱਤਾ ਕੀ ਕੁਝ ਕਰ ਦਿੱਤਾ ਅੰਕ ਜਿਹੜਾ ਧਾਵੀ ਦੇ ਖਾਤੇ ਹੈ ਲੈ ਵੀ ਸੁੱਖੇ ਦੀ ਰੇਡ ਤੇ ਅਮਰੀਕ ਆ ਜਾ ਉੱਥੇ ਆਓ ਕਹਿੰਦੇ ਵੀ 14 ਭਾਦੋ ਦੇ 30 ਤਰੀਕ ਕਰਮੂ ਵਾਲੇ ਦੇ ਵਿੱਚ ਮੇਲਾ ਹੋਵੇਗਾ ਵੀਰ ਸਭੇ ਦੇ ਰਹੇ ਆ ਆਓ ਸੁੱਖੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ
ਬਾਦਲ ਨੇ ਕਹਿੰਦੇ ਟਰਾਈ ਕੀਤੀ ਆ, ਬਾਦਲ ਇਸ ਵੇਲੇ ਕਹਿੰਦੇ ਟਰਾਈ ਕਰਦਾ ਹੈ। ਗੱਲਾਂ ਕਹਿੰਦੇ ਕਹਿੰਦੇ ਕਾਕੇ ਦੀਆਂ ਵੀ ਚੱਲੀਆਂ, ਮਿੱਠੂ ਬਰਾੜ ਹੋਣੀ ਤੇ ਕਹਿੰਦੇ ਵੀ ਲਾਡੀ ਭਦੇਰ ਹੋਣੀ ਬਹੁਤ ਪਿਆਰ ਕਰਦੇ ਆ, ਕਿਤੇ ਗੱਲਾਂ ਬਾਦਲ ਦੀਆਂ ਕਿਤੇ ਗੱਲਾਂ ਕਹਿੰਦੇ ਕਾਕੇ ਦੀਆਂ। ਇੱਧਰ ਕਹਿੰਦੇ ਨੌਜਵਾਨ ਤੌਲੀ ਅਲਕੜੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ, ਉੱਧਰ ਚਾਰ ਨੇ ਤਾਲੇ ਵਰਗੇ, ਮੁੰਡੇ ਕਹਿੰਦੇ ਫੂਲੇ ਵਰਗੇ, ਆਓ ਇੱਕ ਦਾ ਪੈਰ ਸ਼ਰਾਰਤ ਕਰ ਗਿਆ ਨੰਬਰ ਜਿਹੜਾ ਰੇਡਰ ਦੇ ਉੱਤੇ ਜੁੜਦਾ ਹੋਇਆ। ਲਓ ਨਿੱਕਾ ਕਹਿੰਦੇ ਬਦਰੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਆਓ ਨਿੱਕੇ ਦੀ ਰੇਡ ਤੇ ਜਸਵਿੰਦਰ ਗੱਲ ਕਰਨ ਜਾ ਰਿਹਾ। ਉਧਰਲੇ ਪਾਸੇ ਮੇਜਰ ਬਰਾੜ ਦਾ ਸਾਰਾ ਪਰਿਵਾਰ ਹੀ ਪੁੱਜਿਆ ਹੋਇਆ ਹੈ, ਮੇਜਰ ਬਰਾੜ ਜੀ ਦਾ ਸਾਰਾ ਪਰਿਵਾਰ ਪੁੱਜਿਆ ਹੋਇਆ ਹੈ ਕਬੱਡੀ ਦੇ ਮੈਦਾਨਾਂ ਦੇ ਵਿੱਚ। ਇੱਕ ਪਾਸੇ ਕਬੱਡੀ ਪਾਉਣ ਦੇ ਲਈ ਬਦਰੇ ਵਾਲਾ ਜਿਹਨੇ ਟੱਚ ਹਲਕਾ ਫੁੱਲ ਵਰਗਾ ਕਰ ਦਿੱਤਾ, ਅੰਕ ਧਾਵੀ ਦੇ ਖਾਤੇ ਦੇ ਵਿੱਚ ਜਾਂਦਾ ਹੋਇਆ, ਅੰਕ ਰੇਡਰ ਦੇ ਖਾਤੇ ਵਿੱਚ ਜਾਂਦਾ ਹੋਇਆ। ਬੁਗਾ ਚੱਠਿਆਂ ਵਾਲਾ ਫਿਰ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ, ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ। ਅੱਜ ਕੋਟ ਸੁਖੀ ਨਗਰ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਕੋਟ ਸੁਖੀ ਨਗਰ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਬੱਡੀ ਦੇ ਮੈਦਾਨਾਂ ਦੇ ਵਿੱਚ। ਸਰਦਾਰ ਮੇਜਰ ਸਿੰਘ ਜੀ ਬਰਾੜ ਸਾਹਿਬ ਭਲੂਰ ਵਾਲੇ, ਜਿਨ੍ਹਾਂ ਦਾ ਗੈ ਗਦਮਾ ਜ਼ਬਰਦਸਤ ਕਹਿੰਦੇ ਨੇ ਵੀ ਅੱਜ ਸੰਯੋਗ ਹੈ ਇਸ ਕੋਟ ਸੁਖੀ ਦੇ ਵੱਡੇ ਮੇਲੇ ਨੂੰ, ਜਥੇਦਾਰ ਜਲੰਧਰ ਸਿੰਘ ਸਿੱਧੂ ਦੇ ਨਾਲ ਮਿਲ ਕੇ ਕਹਿੰਦੇ ਭਰਾਵਾਂ ਵਾਲਾ ਪਿਆਰ ਰੱਖਦੇ ਨੇ। ਔਰ ਅੱਜ ਮੇਜਰ ਬਰਾੜ ਜੀ ਦਾ ਜਿਵੇਂ ਕਹਿ ਲਈਏ ਵੀ ਤਾਰਾ ਸਿੰਘ ਜੀ ਬਰਾੜ ਦੇ ਦੋ ਪੁੱਤਰ ਹੁਕਮਾ ਬਰਾੜ ਜੀ ਤੇ ਸੁਖਰਾਜ ਬਰਾੜ ਜੀ ਪੁੱਜੇ ਹੋਏ ਨੇ, ਮੇਜਰ ਬਰਾੜ ਜੀ ਦਾ ਭਰਮਾ ਸੰਯੋਗ ਹੈ ਅੱਜ ਪੂਰਾ ਪਰਿਵਾਰ ਪੁੱਜਿਆ ਹੋਇਆ ਹੈ ਇਸ ਕਬੱਡੀ ਕੱਪ ਦੇ ਉੱਤੇ। ਸੋ ਧੰਨਵਾਦ ਹੈ ਮੇਜਰ ਬਰਾੜ ਜੀ ਦੇ ਪਰਿਵਾਰ ਦਾ। ਐਨ ਕਬੱਡੀ ਦੇ ਮੈਦਾਨਾਂ ਦੇ ਵਿੱਚ ਇੱਕ ਪਾਸੇ ਰੇਡ ਕੀ ਦੀ ਆ, ਉਹ ਦੂਜੇ ਪਾਸੇ ਜੱਫਾ ਕਿਹੜਾ ਲਾਊ, ਇਸ ਸਮੇਂ ਦੇ ਉੱਤੇ ਗੱਲਾਂ ਚੱਲਣਗੀਆਂ। ਲੈ ਵੀ ਆ ਗਿਆ ਅਲਕੜਿਆਂ ਵਾਲਾ, ਜਿਹਦੇ ਬਰਨਾਲੇ ਦੇ ਹਲਕੇ ਭਦੌੜ ਦੇ ਅਲਕੜਿਆਂ ਦੀ ਗੱਲ ਚੱਲਦੀ ਹੈ ਨਾ, 1962 ਦੀ ਜੰਗ ਦੇ ਵਿੱਚ ਜਿੱਥੋਂ ਦਾ ਫੌਜੀ ਸ਼ਹੀਦ ਦੀਆਂ ਗੱਲਾਂ ਚੱਲਦੀਆਂ। ਇੱਕ ਬੁੱਤ ਲੱਗਿਆ ਹੋਇਆ ਯਾਰ ਦੇ ਵਿੱਚ, ਆ ਦੇਖੋ ਅਲਕੜਿਆਂ ਵਾਲੇ ਧੌਲੀ ਦਾ ਮੁਕਾਬਲਾ ਕਿਹਦੇ ਨਾਲ ਵੀਰੂ, ਕੌਣ ਆ ਜਾਪੀ? ਆਓ ਸਾਹਮਣੇ, ਆਓ ਸਾਹਮਣੇ, ਆਓ ਸਾਹਮਣੇ, ਆਓ। ਫੂਲੇ ਨੇ ਕਹਿੰਦੇ ਬੱਸ ਕਰਾ ਕੇ ਛੱਡੀ ਹੈ, ਬੱਸ ਕਰਾ ਕੇ ਛੱਡੀ ਹੈ, ਕਿਉਂਕਿ ਬੱਸ ਤੇ ਕਈਆਂ ਨੇ ਦੇਖੀ ਹੈ, ਪਰ ਬੱਸ ਹੁੰਦੀ ਅੱਜ ਕੋਟ ਸੁਖੀ ਚ ਦੇਖ ਲਓ, ਕੋਟ ਸੁਖੀ ਚ ਦੇਖ ਲਓ ਵੀ ਬੱਸ ਹੁੰਦੀ ਕਿਵੇਂ ਹੈ। ਆਓ ਕਹਿੰਦੇ ਰੇਡ ਇਸ ਵੇਲੇ, ਆਓ ਬਦਰੇ ਵਾਲਾ, ਉਹ ਬਦਰੇ ਵਾਲਾ, ਉਹ ਬਦਰੇ ਵਾਲਾ ਲੋਟ ਨਹੀਂ ਆਉਂਦਾ ਅੱਜ, ਉਹ ਬਦਰੇ ਵਾਲਾ ਲੋਟ ਨਹੀਂ ਆਉਂਦਾ ਅੱਜ। ਇਹ ਬੜੀ ਦੂਰ ਤੋਂ ਸੱਦਿਆ ਤੇ ਕਿਸੇ ਗੱਲ ਨੂੰ ਹੀ ਸੱਦਿਆ, ਕਿਸੇ ਗੱਲ ਨੂੰ ਹੀ ਸੱਦਿਆ। ਆਓ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ, ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ, ਦੇਖਦਾ ਜਮਾਨਾ ਅੱਜ ਖੜ ਖੜ ਕੇ, ਕੌਣ ਖਿੱਚੂ ਕਿੱਟੇ, ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ। ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ, ਉਹਨੇ ਜਾਣਾ ਜਿੱਤ ਗਏ, ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਗਏ। ਆਓ ਰੇਡ ਕਹਿੰਦੇ ਸੁੱਖੇ ਦੀ ਤੇ ਜਸਵਿੰਦਰ, ਉਹ ਸੁਖਾ ਜਿਉਣ ਵਾਲੇ ਦੀ ਧਰਤੀ ਹੈ, ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ, ਅੱਜ ਪਤਾ ਲੱਗ ਜਾਊ ਕੌਣ ਕਿੰਨੇ ਪਾਣੀ ਦੇ ਵਿੱਚ। ਚਾਰ ਜਾਸੀ ਖੜੇ ਹੈ, ਚਾਰਾਂ ਦੇ ਵਿੱਚੋਂ ਬਾਦਲ ਨੇ ਕੀਤੀ ਹੈ ਟਰਾਈ। ਲੈ ਵੀ ਬਾਦਲ, ਹੁਣ ਪਤਾ ਲੱਗੂ ਕੈ ਭਾਅ ਵਿਕਦੀ ਹੈ। ਇੱਕ ਪਾਸੇ ਜਿਉਣ ਵਾਲੇ ਦਾ ਸੁਖਾ ਤੇ ਦੂਜੇ ਪਾਸੇ ਸਮਾਧ ਭਾਈ, ਕਦੇ ਲਿਖਦਾ ਸੀ ਬੂਟਾ ਕਿ ਸੁਣੀ ਸੁਣੀ ਲੱਗੂ ਤੈਨੂੰ ਭਾਈ ਕੀ ਸਮਾਧ ਵੇ। ਅੰਕ ਬਾਦਲ ਦੇ ਖਾਤੇ ਆ ਥਾਂਦੇ ਵਾਲਾ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਮੈਂ ਵੀ ਤੌਲੀ ਦੀ ਰੇਡ ਅਮਰੀਕ ਉਹੀ ਕਹਾਣੀ ਹੈ। ਆਓ ਕਹਿੰਦੇ ਉਹੀ ਕਹਾਣੀ ਹੈ, ਮੇਰੀ ਬੇਨਤੀ ਹੈ ਕਿਰਪਾ ਕਰਕੇ ਗੁਰਮਾ ਵਰਸ ਜੀ ਸੁਰਾਵਾ, ਇਹ ਦੋਨਾਂ ਟੀਮਾਂ ਦਾ ਕਹਿੰਦੇ ਬਹੁਤ ਤਕੜਾ ਮੁਕਾਬਲਾ ਹੈ। ਉਹ ਕਾਲਿਆ ਤੌਲੀ ਗਿਆ, ਉਹ ਤੌਲੀ ਗਿਆ, ਉਹ ਤੌਲੀ ਗਿਆ, ਉਹ ਤੌਲੀ ਗਿਆ, ਉਹ ਕਾਲਿਆ ਤੌਲੀ ਗਿਆ ਓਏ। ਆਓ ਅਗਲੀ ਰੇਡ ਕਹਿੰਦੇ ਨਿੱਕਾ ਬਦਰੇ ਵਾਲਾ ਏ, ਦਿੱਲੀ ਵਾਲਿਆ ਤਿਆਰੀ ਫੜ ਲੈ, ਦਿੱਲੀ ਵਾਲਿਆ ਤਿਆਰੀ ਫੜ ਲੈ। ਜਦੋਂ ਦਿੱਲੀ ਵਾਲਾ ਕੈਨੇਡਾ ਗਿਆ ਨਾ, ਜਲੰਧਰ ਸਿੰਘ ਸਿੱਧੂ ਕਹਿੰਦਾ ਵੀ ਆਹ ਮੁੰਡਾ ਬਾਈ ਦੀ ਟੀਮ ਚ ਖਿਡਾਉਣ ਵਾਲਾ ਹੈ। ਬਾਈ ਦੀ ਟੀਮ ਕਿਹੜੀ ਹੈ? ਉਹ ਕੈਲਗਰੀ ਫਰੈਂਡਸ ਹੁੰਦੀ ਹੈ, ਕੈਲਗਰੀ ਫਰੈਂਡਸ ਹੁੰਦੀ ਹੈ। ਆਓ ਕਹਿੰਦੇ ਦਿੱਲੀ ਵਾਲਾ ਮੋਨੂ, ਆਓ ਕੋਟ ਭਾਈ ਵਾਲਾ ਮੋਨੂ। ਉਧਰਲੇ ਪਾਸੇ ਅਮਰੀਕ, ਪਹਿਲਾ ਜੱਫਾ ਜਿਹੜਾ ਥਾਂਦੇ ਵਾਲੀਏ ਸ਼ੀਰੇ ਨੇ ਲਾਇਆ ਸੀ ਤੇ ਮੈਨੂੰ ਬਾਦਲ ਦਾ ਭੁਲੇਖਾ ਪੈ ਗਿਆ। ਤੈਨੂੰ ਪਤਾ ਗਰਮੀ ਵੱਟ ਚਾੜੀ ਤੁਰੀ ਆਉਂਦੀ ਹੈ, ਭਾਦੋਂ ਦੀ ਦੋ ਹੋ ਗਈ। ਐਵੇਂ ਨੀ ਕਿਸੇ ਨੇ ਗਾਇਆ ਸੀ ਕਿ ਜੱਟ ਭਾਦੋਂ ਦਾ ਭਜਾਇਆ ਜਾਵੇ ਸੜਦਾ ਤੇਰਾ ਵਿੰਨੀ ਪਿੱਕ ਬੈਠੀ ਦਾ ਸਰੀਰ ਸੜਦਾ। ਅੱਜ ਭਾਦੋਂ ਦੀ ਦੋ ਹੋ ਗਈ, ਵੱਟ ਝਾੜੀ ਤੁਰਿਆ ਆਉਂਦਾ ਹੈ। ਐ ਦੇਖ ਲੋ ਪੈਂਦੀ ਹੋਈ ਕਬੱਡੀ, ਕਹਿੰਦੇ ਕਬੱਡੀ ਪੁੱਗੇ ਦੀ ਹੈ ਚੱਠਿਆਂ ਵਾਲੇ ਦੀ। ਆ ਪੁਆਇੰਟ ਜੋੜ ਵਾਲੇ ਦੀ ਧਰਤੀ, ਵੀਰ ਦੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ। ਬੱਲੇ ਬੱਲੇ ਬੱਲੇ
ਬੱਲੇ ਹੁਣ ਪਤਾ ਲੱਗੂ ਲਲਕਾਰੇ ਵੱਜਦੇ ਆ ਲਲਕਾਰੇ ਵੱਜਦੇ ਆ ਧੜਕਦਾ ਦਿਲ ਧੜਕਦਾ ਦਿਲ ਕਹਿੰਦੇ ਲਲਕਾਰੇ ਵੱਜ ਗਏ ਮੰਨਣਾ ਪੈਣਾ ਏ ਪਿਆਰ ਦੀ ਖੇਡ ਆਏ ਮੰਨਣਾ ਪੈਣਾ ਮੈਂ ਆਪ ਨਾ ਲਾਈਆਂ ਵੇ ਭਾਗ ਸਿਆ ਲੱਗ ਗਈਆਂ ਮੱਲੋ ਜੋਰੀ ਉਧਰ ਗੁਰਮਾ ਦੀ ਟੀਮ ਵੀ ਆਈ ਹੈ ਤੇ ਟੀਮ ਕਹਿੰਦੇ ਸਰਾਵਾਂ ਦੀ ਵੀ ਪਹੁੰਚੀ ਹੋਈ ਹੈ ਮੈਨੂੰ ਲੱਗਦਾ ਬਦਰੇ ਵਾਲਾ ਫੇਰ ਮੱਥਾ ਜਾ ਪੂਜਦਾ ਤੁਰਿਆ ਹੁੰਦਾ ਆਓ ਬਦਰੇ ਵਾਲਾ ਨਿੱਕਾ ਏ ਜਿਹੜੀ ਸੀਪਿਆ ਏ ਕੁਝ ਨਾ ਕੁਝ ਕਰਨਾ ਪੈਣਾ ਕੁਝ ਨਾ ਕੁਝ ਕਰਨਾ ਪੈਣਾ ਏ ਆਓ ਸਾਹਮਣੇ ਕਹਿੰਦੇ ਇਸ ਵੇਲੇ ਜਿਹੜੀਆਂ ਰੇਡਾਂ ਪੈ ਰਹੀ ਹੈ ਜੱਸੇ ਲੱਗ ਰਹੇ ਆ ਕੱਲੀ ਕੱਲੀ ਕਬੱਡੀ ਦੇ ਕਹਿੰਦੇ ਸਵਾਦ ਆਏ ਇੱਧਰ ਵੀਰ ਸਾਡੇ ਸੰਘਾ ਸਾਹਿਬ ਆਏ ਤੇ ਦਿਲੋਂ ਧੰਨਵਾਦ ਆਏ ਵੱਡੇ ਛੋਟੇ ਭਰਾ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਆਓ ਕਹਿੰਦੇ ਰੇਡ ਤੇ ਜਸਵਿੰਦਰ ਉਧਰਲੇ ਪਾਸੇ ਹੈਪੀ ਫੋਨ ਚੱਕ ਲਾ ਤੇ ਘੁਮਾ ਦੇ ਭਲੂਰ ਬਾਰੇ ਪੁੱਛ ਲਾ ਵੀ ਕੀ ਕੁਝ ਕਰਨਾ ਹੈ ਉਹ ਕੀ ਲੇਖਾ ਜੋ ਕਹੋ ਦੱਸ ਦੇ ਵੀ ਕੁਝ ਉੱਥੇ ਵੀ ਫੜਕਾਉਣਾ ਪੈਣਾ ਕੁੰਡੇ ਉੱਥੋਂ ਦੀ ਵੀ ਹੈ ਕਬੱਡੀ ਦੇ ਖੜਕਾਉਣੇ ਪੈਣਗੇ ਐਨ ਕਹਿੰਦੇ ਫੋਨ ਕਰਕੇ ਬਾਈ ਨੂੰ ਪੁੱਛ ਲਾ ਜਾਂ ਦੱਸ ਦੇ ਵੀ ਇਹੋ ਜਿਹੀ ਗੱਲਾਂ ਬਾਤਾਂ ਇੱਥੇ ਹੈ ਤੇ ਐਡੂ ਤਕੜੀਆਂ ਗੱਲਾਂ ਬਾਤਾਂ ਆਓ ਬੱਲੇ ਜੋੜ ਵਾਲੇ ਦੇ ਵੀਰੂ ਵੱਲੋਂ ਲਗਾਤਾਰ ਦੂਜਾ ਤੇ ਕਹਿ ਕੱਢਵਾ ਖੜਕਵਾ ਜਫਾ ਵੀਰੂ ਨੂੰ ਪਤਾ ਵੀ ਟੋਰਾਂਟੋ ਤੋਂ ਗਾਲਾਂ ਆਉਂਦੀਆਂ ਜੀਵਨ ਕਿਹਦਾ ਘੱਟ ਕਰਦਾ ਹੁੰਦਾ ਉਧਰਲੇ ਕੁਝ ਨਾ ਕੁਝ ਲੈ ਬਈ 12 ਪੁਆਇੰਟ ਥਾਂਦੇ ਵਾਲੇ ਦੇ ਉਧਰ ਸਾਡੇ ਨਹਿਰੂ ਸਿੰਗਾਪੁਰ ਭਲੂਰ ਵਾਲੇ ਉਹਨਾਂ ਵੱਲੋਂ 100 ਰੁਪਇਆ ਉਹ ਸਾਡੇ 12 ਜੋੜ ਵਾਲੇ ਦੇ ਵਿੱਚੋਂ ਜੋੜ ਵਾਲਾ ਜਿੱਤ ਗਈ ਜਿੱਤ ਗਈ ਤੇ 200 ਰੁਪਇਆ